ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਲਸਤਾਨ ਕੋ ਜਾਬੀ ਲਹੂ ਕੀ ਜ਼ਰੂਰਤ ਪੜੀ ਸਭ ਤੋਂ ਪਹਿਲੇ ਗਰਦਨ ਕਟਾਈ ਹਮਨੇ ਅਬ ਇਹ ਕਹਤੇ ਹਨ ਚਮਨ ਹਮਾਰਾ ਹੈ ਤੇਮਾਰਾ ਨਹੀਂ ਇਸ ਭਾਰਤ ਵਰਸ ਵਾਸਤੇ ਸਿੱਖਾਂ ਨੇ ਬੜੀਆਂ-ਬੜੀਆਂ ਕੁਰਬਾਨੀਆਂ ਕੀਤੀਆਂ ਫਾਂਸੀਆਂ ਦੇ ਰਸੇ ਆਪਣੇ ਗਲਾਂ 'ਚ ਪੁਆਏ ਫਾਂਸੀਆਂ ਤੇ ਚੜੇ ਕਾਲੇ ਪਾਣੀਆਂ ਦੀਆਂ ਸਜ਼ਾ ਭੁਗਤੀਆਂ ਇਥੋਂ ਤੱਕ ਦੇਸ਼ ਦੀ ਵੰਡ ਦੇ ਸਮੇਂ 1947 ਦੇ ਵਿੱਚ ਪੰਜਾਬ ਸਾਰਾ ਵੰਡਿਆ ਗਿਆ ਆਪਣੀਆਂ ਵੱਡੀਆਂ ਜਾਇਦਾਦਾਂ ਛੱਡ ਕੇ ਪੰਜਾਬ ਦੇ ਕਿਸਾਨ ਮਸ਼ਿੰਦੇ ਇਸ ਭਾਰਤ ਦੇ ਨਾਲ ਆਏ ਅੱਜ ਉਸ ਭਾਰਤ ਦੇ ਤਖਤ ਤੇ ਬੈਠੀ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਅਜਾੜਨ ਵਾਸਤੇ ਜਿਹੜੇ ਕਾਲੇ ਕਾਨੂੰਨ ਲਿਆਂਦੇ ਨੇ ਉਹਨਾਂ ਦਾ ਵਿਰੋਧ ਕਰਨ ਵਾਸਤੇ ਜਿੱਥੇ ਸਾਰੀਆਂ ਹੀ ਖਜ਼ਾਨ ਜਥੇਬੰਦੀਆਂ ਆਪਣਾ ਸੰਘਰਸ਼ ਕਰ ਰਹੀਆਂ ਨੇ ਉਥੇ ਇੰਟਰਨੈਸ਼ਨਲ ਪੰਥਕ ਅਦਾਲਤ ਕਿਸਾਨ ਬਚਾਓ ਮੋਰਚਾ ਵੱਡੇ ਪੱਧਰ ਦੇ ਨਾਲ ਸਾਰੀਆਂ ਜਥੇਬੰਦੀਆਂ ਦੇ ਨਾਲ ਰਲ ਕੇ ਸੰਘਰਸ਼ ਕਰ ਰਿਹਾ 2 ਮਹੀਨੇ ਤੋਂ ਜਿਹੜੇ ਧਰਨੇ ਦਿੱਤੇ ਜਾ ਰਹੇ ਨੇ ਘਰਾਓ ਕੀਤੇ ਜਾ ਰਹੇ ਨੇ ਭਾਜਪਾ ਦੇ ਲੀਡਰਾਂ ਦੇ ਘਰਾਓ ਕੀਤੇ ਹੁਣ ਦਿੱਲੀ ਵਿੱਚ ਜਿਹੜਾ ਸੰਘਰਸ਼ ਚੱਲ ਰਿਹਾ ਉੱਤੇ ਵੱਧ ਚੜ ਕੇ ਜਿਹੜਾ ਹਿੱਸਾ ਪਾਇਆ ਜਾ ਰਿਹਾ ਸੋ ਅਸੀਂ ਵਿਦੇਸ਼ਾਂ ਦੇ ਵਿੱਚੋਂ ਵੀ ਵੱਧ ਤੋਂ ਵੱਧ ਉਹਨਾਂ ਕਿਸਾਨ ਜਥੇਬੰਦੀਆਂ ਦਾ ਜਿਹੜਾ ਉਹ ਸਾਥ ਦਵਾਂਗੇ ਕਿਉਂਕਿ ਹੁਣ ਇਹ ਲੜਾਈ ਜਿਹੜੀ ਹੈ ਇਹ ਜ਼ਮੀਨ ਦੀ ਲੜਾਈ ਨਹੀਂ ਇਹ ਜ਼ਮੀਰ ਦੀ ਲੜਾਈ ਜਿਹੜੀ ਬਣ ਗਈ ਹੈ ਜੇ ਸਾਡੀ ਪੰਜਾਬ ਦੀ ਧਰਤੀ ਸਾਡੇ ਖੇਤ ਹੀ ਨਾ ਰਹਿ ਜੇ ਅਸੀਂ ਵਿਦੇਸ਼ਾਂ 'ਚ ਉਹ ਜਾ ਕੇ ਕਿੱਥੇ ਰਵਾਂਗੇ ਤੇ ਕੌਣ ਸਾਨੂੰ ਉੱਥੇ ਜਿਹੜਾ ਉਹ ਸੰਭੇਗਾ ਇਸ ਕਰਕੇ ਵਿਦੇਸ਼ਾਂ ਦੀਆਂ ਜਥੇਬੰਦੀਆਂ ਨੂੰ ਕਿਸਾਨਾਂ ਦੀ ਆਵਾਜ਼ ਬਣਨੀ ਚਾਹੀਦਾ ਹੈ ਕਿਸਾਨਾਂ ਦਾ ਜਿਹੜਾ ਉਹ ਸਾਥ ਦੇਣਾ ਚਾਹੀਦਾ ਹੈ ਇਸ ਕਰਕੇ ਆਪਾਂ ਤਾਂ ਜੇ ਕਿਸਾਨ ਪਰਿਵਾਰਾਂ ਦੇ ਵਿੱਚੋਂ ਆਏ ਆ ਤੇ ਅਸੀਂ ਉਹਨਾਂ ਕਿਸਾਨਾਂ ਦਾ ਵੱਧ ਤੋਂ ਵੱਧ ਜਿਹੜਾ ਸਾਥ ਦਈਏ ਨੌਜਵਾਨ ਬੜੀ ਸ਼ਾਂਤੀ ਦੇ ਨਾਲ ਇਹਨਾਂ ਧਰਨਿਆਂ ਦੇ ਵਿੱਚ ਇਹਨਾਂ ਪ੍ਰਦਰਸ਼ਨਾਂ ਦੇ ਵਿੱਚ ਸ਼ਾਮਲ ਹੋਣ ਤੇ ਜਿਹੜੀਆਂ ਸਰਕਾਰਾਂ ਇਹਨਾਂ ਵਾਸਤੇ ਅਟਕਲਾਂ ਪਾ ਰਹੀਆਂ ਨੇ ਉਹ ਸਰਕਾਰਾਂ ਵੀ ਹਰਿਆਣੇ ਵਾਲੀਆਂ ਵੇਖ ਲੈਣ ਕਿ ਬਹੁਤ ਕੁਝ ਪੰਜਾਬ ਦੇ ਪਾਣੀ ਤੁਹਾਡੇ ਤੱਕ ਜਿਹੜੇ ਪਹੁੰਚ ਰਹੇ ਨੇ ਇਸ ਕਰਕੇ ਤੁਸੀਂ ਰਾਜ ਰੋੜੇ ਨਾ ਪਾਓ ਇਹ ਸਾਰੇ ਦੇਸ਼ ਦੀ ਰਾਜਧਾਨੀ ਹੈ ਤੇ ਹਰ ਇੱਕ ਸਟੇਟ ਨੂੰ ਹੱਕ ਆ ਆਣ ਕੇ ਰੋਸ ਪ੍ਰਦਰਸ਼ਨ ਕਰਨ ਦਾ ਇੱਥੇ ਜੇ ਅੰਨਾ ਹਜ਼ਾਰੇ ਵਰਗੇ ਜੰਤਰ ਮੰਡਰ ਤੇ ਪ੍ਰਦਰਸ਼ਨ ਕਰ ਸਕਦੇ ਨੇ RAMDEB ਵਰਗੇ ਇੱਥੇ ਕਰ ਸਕਦੇ ਨੇ ਹੋਰ ਸਟੇਟਾਂ ਦੇ ਕਿਸਾਨ ਇੱਥੇ ਕਰ ਸਕਦੇ ਨੇ ਤੇ ਪੰਜਾਬ ਦੇ ਕਿਸਾਨ ਕਿਉਂ ਨਹੀਂ ਕਰ ਸਕਦੇ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਅਸੀਂ ਭਾਰਤ ਸਰਕਾਰ ਦੀ ਇਹੋ ਜੀਆਂ ਕਾਰਵਾਈਆਂ ਦੇ ਜਾਂ ਹਰਿਆਣਾ ਸਰਕਾਰ ਖੱਟਰ ਸਰਕਾਰ ਦੀਆਂ ਇਹਨਾਂ ਕਾਰਵਾਈਆਂ ਦੀ ਕਰੜੇ ਸ਼ਬਦਾਂ ਦੇ ਵਿੱਚ ਨਿੰਦਾ ਕਰਦੇ ਹਾਂ ਕਿਸਾਨ ਜਥੇਬੰਦੀਆਂ ਦੇ ਸਮੁੱਚੇ ਪੰਜਾਬੀਆਂ ਦਾ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਵੱਡੀ ਗਿਣਤੀ ਦੇ ਵਿੱਚ ਜਾ ਕੇ ਇਹਨਾਂ ਧਰਨਿਆਂ ਦੇ ਵਿੱਚ ਤੇ ਦਿੱਲੀ ਜਾ ਕੇ ਮੋਰਚੇ ਲਾਏ ਨੇ ਦਿੱਲੀ ਨੂੰ ਸਰ ਕਰਨ ਵਾਸਤੇ ਆਪਣੇ ਸਿਰਾਂ ਦੇ ਕਫਨ ਬੰਨ ਕੇ ਨਿਕਲੇ ਨੇ ਇੰਟਰਨੈਸ਼ਨਲ ਪੰਥਕ ਦਲ ਯੂਕੇ ਅਤੇ ਇੰਟਰਨੈਸ਼ਨਲ ਪੰਥਕ ਦਲ ਯੂਰਪ ਸਦਾ ਹੀ ਕਿਸਾਨ ਪਰਵਾਹਾਂ ਦਾ ਸਾਥ ਦਿੰਦਾ ਰਹੇਗਾ ਅਸੀਂ ਹਰ ਵਕਤ ਉਹਨਾਂ ਪੰਜਾਬੀਆਂ ਦੇ ਨਾਲ ਆਪਣੇ ਕਿਸਾਨਾਂ ਦੇ ਨਾਲ ਖੜੇ ਆ ਤੇ ਉਹਨਾਂ ਦੇ ਨਾਲ ਖੜੇ ਰਵਾਂਗੇ ਆਓ ਵਿਦੇਸ਼ਾਂ ਦੇ ਸਿੱਖੋ ਰਲ ਮਿਲ ਕੇ ਸਾਰੇ ਜਿਹੜੇ ਆ ਆਪਣੇ ਭਰਾਵਾਂ ਦਾ ਆਪਣੇ ਕਿਸਾਨਾਂ ਦਾ ਜਿਹੜਾ ਉਹ ਸਾਥ ਦਈਏ ਤੇ ਜਿਹੜੇ ਲੋਕ ਕਿਸਾਨਾਂ ਦੇ ਨਾਂ ਤੇ ਵਿਦੇਸ਼ਾਂ ਦੇ ਵਿੱਚ ਠਗੀਆਂ ਮਾਰਨ ਵਾਸਤੇ ਲੱਗੇ ਹੋਏ ਨੇ ਉਹਨਾਂ ਤੋਂ ਸੁਚੇਤ ਰਹਿਣ ਦਾ ਯਤਨ ਕਰੀਏ ਕੋਈ ਵੀ ਤੁਸੀਂ ਸੇਵਾ ਕਰਨੀ ਆ ਆਪਣੇ ਪਰਿਵਾਰ ਆਪਣੇ ਰਿਸ਼ਤੇਦਾਰਾਂ ਰਾਹੀਂ ਸਿੱਧੀ ਸੇਵਾ ਜਿਹੜੀ ਆ ਉਹ ਕਿਸਾਨਾਂ ਤੱਕ ਪਹੁੰਚਾਉਣ ਦਾ ਯਤਨ ਕਰੋ ਜੀ ਭੁੱਲ ਚੁੱਕ ਦੀ ਖਿਮਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤਿਹ